ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਲੱਗੀਆਂ ਹੋਈਆਂ ਨੇ। ਇਸ ਵਾਰ ਦੀਆਂ ਚੋਣਾਂ ਦੇ ਨਾਲ ਭਾਰਤੀ ਕੜੀਆਂ ਦਾ ਦੁਰਲੱਭ ਸੰਯੋਗ ਜੁੜਿਆ ਹੋਇਆ। ਵਰਤਮਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਜਿੱਥੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੇ ਕਰੀਬ ਹੈ, ਉੱਥੇ ਹੀ ਰਿਪਬਲਿਕਨ ਪਾਰਟੀ ਨੇ ਜਿਸ ਜੀਡੀ ਵੇਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ, ਉਸਦੀ ਪਤਨੀ ਊਸ਼ਾ ਵੇਸ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਨੇ। ਹੈਰਿਸ ਤੇ ਊਸ਼ਾ ਦੋਵੇਂ ਹੀ ਦੂਸਰੀ ਪੀੜ੍ਹੀ ਦੇ ਅਮਰੀਕਨ ਨੇ। ਵੇਸ ਨੇ ਆਪਣੇ ਸਹੁਰਿਆਂ ਨਾਲ ਬਹੁਤ ਨਿੱਘੇ ਸੰਬੰਧ ਨੇ, ਤਾਂ ਸੁਭਾਵਿਕ ਤੌਰ ਤੇ ਊਸ਼ਾ ਆਪਣੇ ਪਤੀ ਦੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਏਗੀ। ਹੈਰਿਸ ਸਿੱਧੇ ਅਤੇ ਊਸ਼ਾ ਸਿੱਧੇ ਤੌਰ ਤੇ ਭਾਰਤੀ ਮੂਲ ਦੇ ਉਹਨਾਂ ਲੋਕਾਂ ਦੀ ਸੂਚੀ ਦਾ ਇੱਕ ਹਿੱਸਾ ਬਣ ਗਈਆਂ ਨੇ ਜੋ ਪੱਛਮੀ ਦੇਸ਼ਾਂ ਵਿੱਚ ਉੱਚ ਰਾਜਨੀਤਿਕ ਅਹੁਦਿਆਂ ਤੇ ਆਪਣੀ ਹੋਂਦ ਦਰਜ ਕਰਵਾ ਰਹੇ ਨੇ। ਭਾਰਤੀ ਮੂਲ ਦੇ ਲੋਕਾਂ ਨੇ ਅਣਥੱਕ ਮਿਹਨਤ ਮੁਸ਼ਕਤ ਕਰਕੇ 7 ਸਮੁੰਦਰ ਪਾਰ ਦੇ ਦੇਸ਼ਾਂ ਵਿੱਚ ਆਪਣੀ ਧਾਕ ਜਮਾਈ ਹੈ। ਕਈ ਦੇਸ਼ਾਂ ਵਿੱਚ ਉਹ ਸੱਤਾ ਵਿੱਚ ਸ਼ਰੀਕ ਨੇ, ਇਸ ਦੇ ਬਾਵਜੂਦ ਉਹ ਆਪਣੀ ਮਿੱਟੀ ਦਾ ਮੁੱਖ ਕਦੇ ਨਹੀਂ ਭੁੱਲੇ। ਇਹ ਸੂਚੀ ਬਹੁਤ ਲੰਬੀ ਹੈ। ਭਾਰਤੀ ਮੂਲ ਰਿਸ਼ੀ ਸੁਨਕ ਕੁਝ ਸਮਾਂ ਪਹਿਲਾਂ ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ। ਉਹਨਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਭਾਰਤੀ ਮੂਲ ਦੀ ਹੈ, ਜੋ ਦਿੱਗਜ ਸਨਅਤਕਾਰ NR ਨਾਰਾਇਣ ਮੂਰਤੀ ਦੀ ਬੇਟੀ ਹੈ। ਰਿਸ਼ੀ ਤੇ ਅਕਸ਼ਤਾ ਨੇ ਹਿੰਦੂ ਧਰਮ ਵਿੱਚ ਆਪਣੀ ਆਸਥਾ ਵੀ ਨਹੀਂ ਛੁਪਾਈ। ਆਇਰਲੈਂਡ ਤੇ ਪੁਰਤਗਾਲ ਦੀ ਕਮਾਨ ਵੀ ਅਜਿਹੇ ਨੇਤਾ ਸੰਭਾਲ ਚੁੱਕੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਅੰਸ਼ਿਕ ਤੌਰ ਤੇ ਭਾਰਤੀ ਮੂਲ ਦੀਆਂ ਰਹੀਆਂ ਨੇ। ਆਇਰਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਲੀਓ ਵਰਾਡਕਰ ਦਾ ਪਿਤਾ ਭਾਰਤੀ, ਜਦਕਿ ਪੁਰਤਗਾਲ ਦੇ ਸਾਬਕਾ PM ਐਂਟੋਨੀਓ ਕੋਸਟਾ ਦਾ ਪਿਤਾ ਅੰਸ਼ਿਕ ਤੌਰ ਤੇ ਭਾਰਤੀ ਸੀ। ਭਾਰਤੀ ਮੂਲ ਦੇ ਲੋਕ ਕੈਨੇਡਾ ਦੀ ਸਿਆਸਤ ਤੇ ਵੀ ਆਪਣੀ ਛਾਪ ਛੱਡ ਚੁੱਕੇ ਨੇ। ਇਸ ਤੋਂ ਇਲਾਵਾ ਮੌਰੀਸ਼ਸ, ਗੁਰਾਨਾ, ਫਿਜੀ ਤੇ ਤ੍ਰਿਨਿਦਾਦ ਐਂਡ ਟੋਬੈਗੋ ਵਿੱਚ ਭਾਰਤੀ ਮੂਲ ਦੇ ਲੋਕ ਸਰਕਾਰਾਂ ਦੀ ਅਗਵਾਈ ਕਰ ਚੁੱਕੇ ਨੇ। ਇਹਨਾਂ ਵਿੱਚੋਂ ਵਧੇਰੇ ਨੇਤਾ ਭਾਰਤ ਅਤੇ ਆਪਣੇ ਨਾਲ ਜੁੜੇ ਰਿਸ਼ਤੇ ਜ਼ਰੂਰ ਮਹਿਸੂਸ ਕਰਦੇ ਰਹੇ ਨੇ, ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਦੀ ਸਰਵਉੱਚ ਤਰਜੀਹ ਆਪਣੇ ਰਾਸ਼ਟਰ ਦੇ ਹਿੱਤਾਂ ਦੀ ਪੂਰਤੀ ਨਾਲ ਜੁੜੀ ਹੋਈ ਹੈ। ਹਾਲ ਹੀ ਵਿੱਚ ਸੁਨਕ ਦੇ ਮਾਮਲੇ ਵਿੱਚ ਇਹ ਸਪਸ਼ਟ ਤੌਰ ਤੇ ਦੇਖਣ ਨੂੰ ਮਿਲਿਆ। ਉਹਨਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਗੱਲ ਅੱਗੇ ਵੱਧ ਸਕੀ ਅਤੇ ਨਾ ਹੀ ਵਿਜੇ ਮਾਲਿਆ ਵਰਗੇ ਭਗੌੜੇ ਦੀ ਹਵਾਲਗੀ ਤੇ ਸਹਿਮਤੀ ਬਣੀ। ਇਹਨਾਂ ਨੇ ਭਾਰਤ ਵਿਰੋਧੀ ਅੰਸਰਾਂ ਨੂੰ ਹੱਥ ਪਾਉਣ ਵਿੱਚ ਵੀ ਉਹਨਾਂ ਦੀ ਸਰਕਾਰ ਨਾਕਾਮ ਰਹੀ। ਇਹ ਦਰਸਾਉਂਦਾ ਹੈ ਕਿ ਸਿਆਸੀ ਖੇਤਰ ਵਿੱਚ ਅਜਿਹੇ ਲੋਕਾਂ ਦੇ ਉਭਰਨ ਤੇ ਭਾਰਤ ਦੇ ਕੁਝ ਵਰਗਾਂ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਤੇ ਖਲੂਸ ਦਾ ਭਾਵ ਦਿਸਦਾ ਹੈ, ਉਹ ਭਾਰਤ ਲਈ ਕਿਸੇ ਤਰ੍ਹਾਂ ਦੇ ਰਾਜਨੀਤਿਕ ਜਾਂ ਕੂਟਨੀਤਿਕ ਲਾਭ ਵਿੱਚ ਤਬਦੀਲ ਨਹੀਂ ਹੋ ਪਾਉਂਦਾ। ਹਾਲਾਤ ਇਹੀ ਕਹਿੰਦੇ ਨੇ ਕਿ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਸਪਸ਼ਟ ਦ੍ਰਿਸ਼ਟੀਕੋਣ ਜ਼ਰੂਰੀ ਹੈ। ਇਸ ਮਕਸਦ ਦੀ ਪੂਰਤੀ ਲਈ ਸਾਨੂੰ ਭਾਰਤੀ ਮੂਲ ਦੇ ਲੋਕਾਂ ਯਾਨੀ PIO ਅਤੇ ਪ੍ਰਵਾਸੀ ਭਾਰਤੀਆਂ ਅਰਥਾਤ NRI ਵਿਚਾਲੇ ਫਰਕ ਨੂੰ ਸਮਝਣਾ ਪਵੇਗਾ। ਇਹਨਾਂ ਚੋਂ NRI ਤਾਂ ਪੂਰੀ ਤਰ੍ਹਾਂ ਨਾਲ ਭਾਰਤੀ ਨੇ, ਪਰ ਉਹਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਭਲਾਈ ਦਾ ਪੂਰਾ ਦਾਰਮਦਾਰ ਸਰਕਾਰ ਦਾ ਹੈ, ਜਦਕਿ PIO ਵਿਦੇਸ਼ੀ ਨੇ ਜਿਨ੍ਹਾਂ ਨੂੰ ਭਾਰਤ ਦੇ ਇੱਕ ਤਰ੍ਹਾਂ ਨਾਲ ਆਣੇ-ਲਾਣੇ ਨਾਗਰਿਕ ਦੇ ਤੌਰ ਤੇ OCI ਕਾਰਡ ਧਾਰਕ ਦੇ ਰੂਪ ਵਿੱਚ ਗਿਣਿਆ ਜਾਂਦਾ ਹੈ। ਇਸ ਨਾਲ ਕਈ ਵਾਰ ਭਰਮ ਦੀ ਸਥਿਤੀ ਬਣ ਜਾਂਦੀ ਹੈ। ਭਾਰਤੀ ਸੰਵਿਧਾਨ ਦੋਹਰੀ ਰਾਸ਼ਟਰੀਅਤਾ ਨੂੰ ਮਾਨਤਾ ਨਹੀਂ ਦਿੰਦਾ। ਇਸ ਲਈ ਜਦ ਕੋਈ ਭਾਰਤੀ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਤਾਂ ਉਸਦੀ ਭਾਰਤੀ ਨਾਗਰਿਕਤਾ ਆਪਣੇ ਆਪ ਖਤਮ ਹੋ ਜਾਂਦੀ ਹੈ। ਇਸ ਲਈ OCI ਕਾਰਡ ਧਾਰਕਾਂ ਕੋਲ ਕੋਈ ਰਾਜਨੀਤਿਕ ਅਧਿਕਾਰ ਨਹੀਂ ਹੁੰਦਾ। ਇਹਨਾਂ ਕਾਰਡ ਧਾਰਕਾਂ ਕੋਲ ਭਾਰਤ ਲਈ ਵਿਸਥਾਰਤ ਵੀਜ਼ਾ ਹੁੰਦਾ ਹੈ ਅਤੇ ਉਹ ਹੋਰ ਵਿਦੇਸ਼ੀ ਨਾਗਰਿਕਾਂ ਦੀ ਤੁਲਨਾ ਵਿੱਚ ਭਾਰਤੀ ਅਰਥਚਾਰੇ ਵਿੱਚ ਕਿਤੇ ਵੱਧ ਦਾਇਰੇ ਵਿੱਚ ਭਾਗੀਦਾਰੀ ਕਰ ਸਕਦੇ ਨੇ। ਅਜਿਹੇ ਵਿੱਚ ਬਿਹਤਰ ਹੋਵੇਗਾ ਕਿ OCI ਕਾਰਡ ਨੂੰ ਕੁਝ ਨਵਾਂ ਨਾਮ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਭਰਮ ਦੀ ਗੁੰਜਾਇਸ਼ ਨਾ ਰਹੇ। ਭਾਜਪਾ ਸਰਕਾਰ ਨੇ ਭਾਰਤੀ ਮੂਲ ਦੇ ਲੋਕਾਂ ਅਤੇ ਭਾਰਤ ਵਿਚਾਲੇ ਕੜੀਆਂ ਜੋੜਨ ਵੱਲ ਕਾਫੀ ਧਿਆਨ ਦਿੱਤਾ ਹੈ। ਇਸੇ ਕੜੀ ਵਿੱਚ ਪ੍ਰਵਾਸੀ ਭਾਰਤੀ ਦਿਵਸ ਵਰਗੇ ਸਾਲਾਨਾ ਆਯੋਜਨ ਦੇ ਨਾਲ ਹੀ ਪ੍ਰਵਾਸੀ ਭਾਰਤੀ ਸਨਮਾਨ ਵੀ ਦਿੱਤੇ ਜਾਂਦੇ ਨੇ। PIO ਦੀਆਂ ਭਾਰਤੀ ਸੰਸਕ੍ਰਿਤਿਕ ਜੜ੍ਹਾਂ ਨੂੰ ਖੁਸ਼ਹਾਲ ਕਰਨ ਲਈ ਉਹਨਾਂ ਨੂੰ ਸਿੱਧਣ ਵਿੱਚ ਕੋਈ ਹਰਜ ਵੀ ਨਹੀਂ। PIO ਨੂੰ ਭਾਰਤ ਨਾਲ ਆਰਥਿਕ ਪੱਖੋਂ ਜੁੜਨ ਵਾਲੇ ਪਾਸੇ ਹਰ ਸੰਭਵ ਮੌਕੇ ਦਿੱਤੇ ਜਾਣੇ ਚਾਹੀਦੇ ਨੇ, ਜਿਸ ਨਾਲ ਪਰਸਪਰ ਲਾਭ ਮਿਲ ਸਕੇ।
ਇਸ ਨਾਲ ਹੀ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇੱਕ ਸਮੇਂ ਮਜ਼ਦੂਰਾਂ ਦੇ ਤੌਰ ਤੇ ਗਏ ਭਾਰਤੀਆਂ ਨੇ ਵੀ ਵਿਦੇਸ਼ ਵਿੱਚ ਸਥਾਨਕ ਸੰਸਕ੍ਰਿਤੀ ਨੂੰ ਅਪਣਾ ਲਿਆ। ਮੌਰੀਸ਼ਸ ਦੀ ਮਿਸਾਲ ਲਈਏ ਤਾਂ ਉੱਥੇ ਉਮਰਦਰਾਜ PIO ਭਾਵੇਂ ਅੱਜ ਵੀ ਭੋਜਪੁਰੀ ਬੋਲਦੇ ਨੇ, ਪਰ ਉਹਨਾਂ ਦੀ ਨੌਜਵਾਨ ਪੀੜ੍ਹੀ ਨੇ ਉਸ ਕ੍ਰਿਓਲ ਭਾਸ਼ਾ ਨੂੰ ਅਪਣਾ ਲਿਆ ਜਿਸ ਨੂੰ ਵਧੇਰੇ ਮੌਰੀਸ਼ ਬੋਲਦੇ ਨੇ। ਇਹ ਪ੍ਰਕਿਰਿਆ ਪ੍ਰਵਾਸੀ ਭਾਈਚਾਰੇ ਦੀ ਪਰਪੱਕਤਾ ਨੂੰ ਹੀ ਦਰਸਾਉਂਦੀ ਹੈ। ਅਮਰੀਕਾ ਵਰਗੇ ਦੇਸ਼ਾਂ ਵਿੱਚ ਪ੍ਰਵਾਸੀ ਭਾਈਚਾਰਿਆਂ ਨੂੰ ਆਪਣੀ ਲੌਬੀ ਬਣਾਉਣ ਦੀ ਗੁੰਜਾਇਸ਼ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਮੂਲ ਦੇਸ਼ ਅਤੇ ਅਮਰੀਕਾ ਵਿਚਲੇ ਰਾਜਨੀਤਿਕ ਕੜੀਆਂ ਜੋੜਨ ਦਾ ਮਾਧਿਅਮ ਬਣ ਸਕਣ। ਉੱਥੇ ਸਭ ਤੋਂ ਤਾਕਤਵਰ ਲੌਬੀ ਯਹੂਦੀਆਂ ਦੀ ਹੈ ਜੋ ਇਜ਼ਰਾਈਲ ਲਈ ਕੰਮ ਕਰਦੀ ਹੈ। ਭਾਰਤ ਨੂੰ ਵੀ ਭਾਰਤੀ PIO ਸੰਗਠਨਾਂ ਦੇ ਨਾਲ ਭਾਗੀਦਾਰੀ ਨੂੰ ਲੈ ਕੇ ਝਿਜਕਣਾ ਨਹੀਂ ਚਾਹੀਦਾ ਅਤੇ ਉੱਥੇ ਭਾਰਤੀ ਲੌਬੀ ਨੂੰ ਮਜ਼ਬੂਤ ਕਰਨ ਦੇ ਯਤਨ ਕਰਨੇ ਚਾਹੀਦੇ ਨੇ ਜੋ ਪਹਿਲਾਂ ਹੀ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ। ਇਸੇ ਲਾਬੀ ਨੇ ਪਰਮਾਣੂ ਸਮਝੌਤੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਸਮਝੌਤੇ ਨੇ ਭਾਰਤ ਅਮਰੀਕਾ ਸੰਬੰਧਾਂ ਦੀ ਦਸ਼ਾ ਦਿਸ਼ਾ ਹੀ ਬਦਲ ਦਿੱਤੀ ਸੀ। ਕਈ ਯੂਰਪੀ ਦੇਸ਼ ਖਾਸ ਤੌਰ ਤੇ ਬਰਤਾਨੀਆ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਹਾਲਾਂਕਿ ਰਾਜਨੀਤਿਕ ਤੌਰ ਤੇ ਸਰਗਰਮ PIO ਦੀ ਕੁੱਝ ਮੁੱਦਿਆਂ ਤੇ ਅਲੱਗ ਰਾਏ ਕਾਰਨ ਅਸਹਿਜਤਾ ਦੀ ਸਥਿਤੀ ਵੀ ਬਣ ਜਾਂਦੀ ਹੈ। ਖਾਲਿਸਤਾਨ ਨੂੰ ਲੈ ਕੇ ਅਮਰੀਕਾ ਤੇ ਕੈਨੇਡਾ ਵਿੱਚ ਅਜਿਹਾ ਦੇਖਿਆ ਗਿਆ। ਭਾਰਤ ਨੂੰ ਵੀ PIO ਦੀ ਆਪਣੇ ਦੇਸ਼ਾਂ ਪ੍ਰਤੀ ਨਿਸ਼ਠਾ ਨੂੰ ਲੈ ਕੇ ਸੰਦੇਹ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੀ ਸਥਿਤੀ ਵਿੱਚ ਭਾਰਤ ਨਾਲ ਉਹਨਾਂ ਦੇ ਜੁੜੇ ਹੋਣ ਦੀ ਕੜੀ ਫਾਇਦੇ ਦੀ ਥਾਂ ਨੁਕਸਾਨ ਦਾ ਸਬੱਬ ਬਣ ਜਾਵੇਗੀ। ਕਈ ਵਾਰ ਵਿਦੇਸ਼ੀ ਨੇਤਾ PIO ਵਿਚਾਲੇ ਕਿਸੇ ਭਾਰਤੀ ਨੇਤਾ ਦੀ ਲੋਕਪ੍ਰਿਯਤਾ ਦਾ ਲਾਭ ਵੀ ਚੁੱਕਣਾ ਚਾਹੁੰਦੇ ਨੇ। ਇਸੇ ਲਈ ਉਹ ਚੋਣਾਂ ਦੇ ਦੌਰਾਨ ਅਜਿਹੇ ਨੇਤਾਵਾਂ ਨੂੰ ਬੁਲਾ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਤਰੱਦਦ ਕਰਦੇ ਰਹਿੰਦੇ ਨੇ। ਅਜਿਹਾ ਕਰਨਾ ਉਹਨਾਂ ਦੀ ਮਜਬੂਰੀ ਵੀ ਹੁੰਦੀ ਹੈ ਕਿਉਂਕਿ ਭਾਰਤੀ ਮੂਲ ਦੇ ਲੋਕ ਉਹਨਾਂ ਦੀ ਜਿੱਤ ਹਾਰ ਵਿੱਚ ਨਿਰਣਾਇਕ ਭੂਮਿਕਾ ਨਿਭਾਉਂਦੇ ਨੇ। ਸੁਭਾਵਿਕ ਹੈ ਕਿ ਭਾਰਤੀ ਨੇਤਾਵਾਂ ਨੂੰ ਅਜਿਹੇ ਮਾਮਲਿਆਂ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਜਿਹੀ ਸਥਿਤੀ ਦੋ ਧਾਰੀ ਤਲਵਾਰ ਦੀ ਹੁੰਦੀ ਹੈ। ਚੰਗੀ ਗੱਲ ਇਹ ਹੈ ਕਿ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਵੀ ਵਿਦੇਸ਼ ਵਿੱਚ ਵੀ ਆਪਣੇ ਸੈੱਲ ਬਣਾਉਣੇ ਸ਼ੁਰੂ ਕਰ ਦਿੱਤੇ ਨੇ। NRI ਨੂੰ ਭਾਰਤ ਦੀ ਰਾਜਨੀਤਿਕ ਹਲਚਲ ਵਿੱਚ ਦਖਲ ਲੈਣ ਦਾ ਪੂਰਾ ਹੱਕ ਹੈ। ਹਾਲਾਂਕਿ ਉਹਨਾਂ ਨੂੰ ਲਾਮਬੰਦ ਕਰਨ ਨੂੰ ਲੈ ਕੇ ਪਾਰਟੀਆਂ ਨੂੰ ਕੁਝ ਸੰਜਮ ਦਾ ਸਬੂਤ ਵੀ ਦੇਣਾ ਚਾਹੀਦਾ ਹੈ।